ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੇਂ ਵਲੋਗ 'ਚ ਅਤੇ ਹੋਪ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅਤੇ ਅੱਜ ਦਾ ਵਲੋਗ ਆਪਣਾ ਹੋਣ ਵਾਲਾ ਆ ਪੈਕਿੰਗ 'ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਤਿਆਰੀਆਂ ਸ਼ਿਆਰੀਆਂ ਚੱਲਦੀਆਂ ਪਈਆਂ ਨੇ ਅਤੇ ਸ਼ੋਪਿੰਗ ਆਲਮੋਸਟ ਸਾਰੀ ਡਨ ਹੋ ਚੁੱਕੀ ਆ ਜਿਹੜਾ ਆਪਾਂ ਜ਼ਰੂਰੀ ਸਮਾਨ ਲੈਣਾ ਸੀ ਉਹ ਸਾਰਾ ਲੈ ਚੁੱਕੇ ਹਾਂ ਅਤੇ ਹੁਣ ਵਾਰੀ ਆ ਪੈਕਿੰਗ ਦੀ ਅਤੇ ਸਟਾਰਟ ਕਰਦੇ ਹਾਂ ਤੁਹਾਨੂੰ ਦੱਸਦੇ ਹਾਂ ਕੀ ਆਪਾਂ ਮੇਨ ਮੇਨ ਚੀਜ਼ਾਂ ਜਿਹੜੀ ਲਈਆਂ ਨੇ ਕੀ ਰੱਖਣਾ ਹੈ ਨਾਲ ਲੈ ਕੇ ਜਾਣਾ ਹੈ ਸਾਰਾ ਕੁਛ ਤੁਹਾਨੂੰ ਦੱਸਦੇ ਹਾਂ ਅਤੇ ਵਲੋਗ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਚੱਲਦੇ ਹਾਂ ਵੀਡੀਓ ਦੇ ਵਿੱਚ ਅਤੇ ਆਹ ਸਾਰਾ ਸੈਟਅਪ ਆ ਜਿਹੜਾ ਆਪਾਂ ਸਟਾਰਟ ਕਰ ਲਿਆ ਅਤੇ ਮੈਂ ਹੱਸ ਇਸ ਕਰਕੇ ਰਹੀ ਹਾਂ ਕਿਉਂਕਿ ਚੌਥੀ ਵਾਰ ਵੀਡੀਓ ਸਟਾਰਟ ਹੋ ਚੁੱਕੀ ਆ ਅਤੇ ਹੁਣ ਤੱਕ ਵੀਡੀਓ ਸਹੀ ਬਣੀ ਨਹੀਂ ਹੈਗੀ ਉੱਪਰੋਂ ਮੇਰਾ ਗਲਾ ਖਰਾਬ ਆ ਤਬੀਅਤ ਬੈਡ ਵੱਜੀ ਹੋਈ ਆ ਅਤੇ ਆਹ ਸਾਰਾ ਸਮਾਨ ਆਪਾਂ ਜਿਹੜਾ ਇਕੱਠਾ ਕਰ ਲਿਆ ਤੁਹਾਨੂੰ ਦੱਸ ਦਈਏ ਵੀ ਕੀ ਆਪਾਂ ਨਾਲ ਲੈ ਕੇ ਚੱਲਿਆ ਅਤੇ ਜਿਹੜੇ ਸਭ ਤੋਂ ਪਹਿਲਾਂ ਚੀਜ਼ ਆ ਆਪਣੀ ਉਹ ਹੈਗੀ ਆ ਫਾਈਲ ਡਾਕੂਮੈਂਟਸ ਆਪਣੇ ਹੈ ਨਾ ਅਤੇ ਇੱਦਾਂ ਦੀ ਫਾਈਲ ਆਪਾਂ ਪਰਚੇਜ਼ ਕਰ ਲਈ ਆ ਇਹਦੇ ਨਾਲ ਇੱਕ ਹੋਰ ਫਾਈਲ ਆ ਜਿਹਦੇ 'ਚ ਜਿਹੜੇ ਕਿ ਸਾਰੇ ਉਹ ਨੇ ਫੋਟੋ ਸਟੇਟਡ ਡਾਕੂਮੈਂਟਸ ਨੇ ਅਤੇ ਇੱਕ 'ਚ ਓਰੀਜਨਲ ਦੋ ਫਾਈਲਸ ਆਪਣੀਆਂ ਹੋ ਗਈਆਂ ਅਤੇ ਉਹ ਤੋਂ ਬਾਅਦ ਆਪਾਂ ਇਹ ਔਡਰ ਕੀਤਾ ਸੀਗਾ ਕੀ ਕਹਿੰਦੇ ਨੇ ਇਹਨੂੰ ਸਟੋਰੇਜ ਬੈਗਸ ਜਿਹਦੇ ਨਾਲ ਆ ਪੰਪ ਸੀਗਾ ਵੈਕਿਊਮ ਕਰਨ ਲਈ ਜਿਵੇਂ ਆਪਣੀ ਜੈਕਟਸ ਵਗੈਰਾ ਨੇ ਹੈ ਨਾ ਬਹੁਤ ਜ਼ਿਆਦਾ ਸਮਾਨ ਹੋ ਗਿਆ ਅਤੇ ਜਗ੍ਹਾ ਬਹੁਤ ਜ਼ਿਆਦਾ ਘੇਰੀ ਜਾ ਰਹੀ ਆ ਸੋ ਉਹਦੇ ਕਰਕੇ ਆਪਾਂ ਆਹ ਔਡਰ ਕੀਤਾ ਮੈਂ ਕਿਹਾ ਚਲੋ ਜਿਹੜੀ ਆਪਣੀ ਜੈਕਟਸ ਨੇ ਜ਼ਰੂਰੀ ਨਾਲ ਲੈ ਕੇ ਜਾਣ ਵਾਲੀਆਂ ਉਹ ਆਪਾਂ ਇਹਦੇ 'ਚ ਵੈਕਿਊਮ ਕਰਕੇ ਅਤੇ ਫਿਰ ਅਤੇ ਇਹ ਤੋਂ ਬਾਅਦ ਆ ਜੀ ਮੇਨ ਮੇਨ ਚੀਜ਼ ਤਾਂ ਜਿਹੜੀ ਕਿ ਹੈਗੀ ਆਪਣੀ ਕੁਇਲਟ ਰਜਾਈ ਅਤੇ ਰਜਾਈ ਅਤੇ ਇੱਕ ਜਿਹੜੀ ਆਪਣੀ ਵੋਮ ਜਿਹੜੀ ਚਾਦਰ ਆ ਉਹ ਆਪਾਂ ਇਹਦੇ 'ਚ ਵੈਕਿਊਮ ਕਰਾ ਲਈ ਆ ਕਿੰਨੇ ਦਿਨ ਉਹ ਕਰਾ ਕੇ ਰੱਖੀ ਹੋਈ ਆ ਅਤੇ ਇਹਦੇ ਨਾਲ ਇੱਕ ਆ ਜੈਕਟ ਆ ਮੇਰੀ ਅਤੇ ਇੱਕ ਆ ਕੋਟਨ ਦੀ ਚਾਦਰ ਆ ਦੋ ਕਦੇ ਵੀ ਕਿਸੇ ਚੀਜ਼ ਦੀ ਵੀ ਲੋੜ ਪੈ ਸਕਦੀ ਆ ਅਤੇ ਕੱਪੜੇ ਬਹੁਤ ਘੱਟ ਲਏ ਨੇ ਹੈ ਨਾ ਮਿਨੀਮਮ ਜੇ ਜਿਹੜੀ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਕੱਪੜੇ ਬਹੁਤ ਜ਼ਿਆਦਾ ਪਏ ਵੀ ਸੀਗੇ ਮੇਰੇ ਕੋਲ ਸੋ ਘਰੇ ਕਿਉਂਕਿ ਮੈਂ ਰਹਿੰਦੀ ਲੋਅਰ ਟੀ ਸ਼ਰਟਸ ਆ ਬਾਕੀ ਸਾਰੇ ਕੱਪੜੇ ਨਵੇਂ ਪਏ ਸੀ ਇਹ ਤੋਂ ਬਾਅਦ ਆਪਣਾ ਆ ਗਿਆ ਇੱਕ ਆ ਕਿੱਟ ਆ ਮੇਕਅਪ ਦੀ ਆ ਤਾਂ ਮੈਂ ਜਿਹੜੀ ਹੁਣ ਯੂਜ਼ ਕਰ ਰਹੀ ਹਾਂ ਉਹ ਆ ਇਹਨੂੰ ਵੀ ਨਾਲ ਚੱਕ ਕੇ ਲੈ ਜੂੰਗੀ ਅਤੇ ਉਹ ਤੋਂ ਬਾਅਦ ਇੱਕ ਆਹ ਵਾਲੀ ਜਿਹੜੀ ਮੇਨ ਮੇਨ ਚੀਜ਼ਾਂ ਨੇ ਆਹ ਮੈਂ ਤਿਆਰ ਕੀਤੀ ਆ ਜਿਹਦੇ 'ਚ ਆ ਸਾਰਾ ਕੁਛ ਫੇਸ ਵਾਸ਼ ਵਗੈਰਾ ਕੋਂਬ ਹੈ ਨਾ ਅਤੇ ਵਾਈਪਸ ਕੋਲਗੇਟ ਸ਼ੈਂਪੂ ਆਹ ਸਾਰਾ ਕੁਛ ਇੱਕ ਜਗ੍ਹਾ ਰੱਖ ਲਿਆ ਕਿੱਟ ਬਣਾ ਕੇ ਜਿਹੜੀ ਦੂਜਿਆਂ ਨੇ ਕਿੱਦਾਂ ਦੀਆਂ ਨੇ ਮਿਰਰ ਵਗੈਰਾ ਸਾਰਾ ਕੁਛ ਇਹਦੇ 'ਚ ਆ ਮਤਲਬ ਆਪਣਾ ਅਤੇ ਇੱਕ ਕਿੱਟ ਆਹ ਵਾਲੀ ਤਿਆਰ ਕੀਤੀ ਆ ਜਿਹਦੇ 'ਚ ਮੇਰੇ ਫੋਨ ਕਵਰਸ ਨੇ ਅਤੇ ਆਪਣਾ ਗਲਾਸ ਗਾਰਡ ਠੀਕ ਆ ਅਤੇ ਆਹ ਚੀਜ਼ਾਂ ਨੇ ਜਿਹੜੀ ਆਪਣੀਆਂ ਆਹ ਤਾਂ ਇੱਥੇ ਦਈ ਆ ਤਾਂ ਸਟੇਸ਼ਨਰੀ ਦੀ ਆ ਮੈਂ ਪੈੱਨ ਲਏ ਡਾਇਰੀ ਲਈ ਛੋਟੀ ਛੋਟੀ ਜਿਹੀ ਕੰਟੈਕਟਸ ਵਗੈਰਾ ਲਿਖਣ ਨੂੰ ਅਤੇ ਇੱਕ ਆਹ ਡਾਇਰੀ ਲਈ ਆ ਆਹ ਹੋ ਗਈ ਆਪਣੀ ਅਤੇ ਇਹ ਤੋਂ ਬਾਅਦ ਆਹ ਵਾਲੀ ਕਿੱਟ ਜਿਹੜੀ ਆ ਇਹਦੇ 'ਚ ਮੈਂ ਸਾਰੀਆਂ ਹੇਅਰ ਅਸੈਸਰੀਜ ਰੱਖੀਆਂ ਨੇ ਜਿਹਦੇ 'ਚ ਆਹ ਛੋਟੀ ਛੋਟੀ ਕਿੱਟ 'ਚ ਮੇਰੇ ਕਲਚਰ ਨੇ ਛੋਟੇ ਅਤੇ ਪਿੰਸ ਨੇ ਅਤੇ ਬਾਕੀ ਆਹ ਰਬੜ ਬੈਂਡ ਨੇ ਆਹ ਨੇਲ ਪੈਣ ਲਈ ਆ ਬਸ ਦੈਟਸ ਇਟ ਆਹ ਕਿੱਟ ਅਸੀਂ ਤਿਆਰ ਕਰ ਲਈ ਆ ਅਤੇ ਇਹ ਤੋਂ ਬਾਅਦ ਇਹਦੇ 'ਚ ਜਿਹੜਾ ਕੀ ਹੈਗਾ ਮੈਂ ਆਪਣੇ ਸਾਰੇ ਮਤਲਬ ਸੌਕਸ ਵਗੈਰਾ ਹੈ ਨਾ ਜਿਹੜਾ ਆਪਣਾ ਮੇਨ ਸਮਾਨ ਹੁੰਦਾ ਛੋਟਾ ਮੋਟਾ ਉਹ ਸਾਰਾ ਮੈਂ ਇਹਦੇ 'ਚ ਰੱਖ ਲਿਆ ਆ ਇੱਕ ਪੈਕ ਬਣਾ ਕੇ ਅਤੇ ਇਹ ਸਾਡੀਆਂ ਹੈਗੀਆਂ ਨੇ ਦਵਾਈਆਂ ਜੋ ਜਾਣੀਆਂ ਨੇ ਕਾਲੇ ਲਫਾਫੇ ਹਾਂ ਇਹ ਸਾਰੀਆਂ ਜਿਹੜੀ ਜ਼ਰੂਰੀ ਜ਼ਰੂਰੀ ਮੈਡੀਸਿਨਸ ਨੇ ਸਾਰਾ ਕੁਛ ਥਰਮੋਮੀਟਰ ਵਗੈਰਾ ਸਾਰਾ ਕੁਛ ਲੈ ਲਿਆ ਆ ਅਤੇ ਵੈਸੇ ਇੱਕ ਗੱਲ ਦਾ ਧਿਆਨ ਰੱਖਿਓ ਜਾਂ ਥਰਮਾਮੀਟਰ ਹੈ ਨਾ ਨੋਰਮਲ ਚੀਜ਼ਾਂ ਜਿਵੇਂ ਮੂੰਹ ਮਾਪ ਹੋ ਗਈ ਹੈ ਨਾ ਇਹ ਚੀਜ਼ਾਂ ਇੱਥੇ ਲੈ ਕੇ ਜਾਇਓ ਅਤੇ ਇੱਕ ਆਹ ਜਿਹੜੀ ਖਾਊਂ ਆਹ ਜਿਹੜੀ ਕਿੱਟ ਆ ਮੇਕਅਪ ਕਿੱਟ ਆ ਇਹ 'ਚ ਸਟੋਰ ਕਰ ਲਏ ਆ ਸਰ ਇਹ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਆ ਅਤੇ ਆਹ ਜਿਹੜੀ ਕਿੱਟਸ ਆ ਨਾ ਮੈਂ ਆਹੀ ਸੋਚਿਆ ਸੀ ਮੈਂ ਕਿਹਾ ਨਹੀਂ ਸਮਾਨ ਸਾਰਾ ਇੱਧਰ ਉੱਧਰ ਰਹਿਣਾ ਸੀਗਾ ਸੋ ਆਪਾਂ ਇੱਕ ਪਾਊਚ ਦਾ ਸਾਰਾ ਹੀ ਉਹ ਪੈਕ ਜਿਹਾ ਔਡਰ ਕੀਤਾ ਸੀਗਾ ਅਤੇ ਬਹੁਤ ਹੈਲਪਫੁਲ ਆ ਇਹ ਆਪਣੇ ਲਈ ਹੈ ਨਾ ਸਾਰਾ ਸਮਾਨ ਆ ਜਿਹੜਾ ਆਪਣਾ ਇੱਕ ਸਾਈਡ ਪਿਆ ਰਹਿੰਦਾ ਹੈ ਬਹੁਤ ਮੈਨੂੰ ਜ਼ਿਆਦਾ ਔਖਾ ਨਹੀਂ ਆਉਣਾ ਨਾ ਮੈਨੂੰ ਉੱਥੇ ਲੱਭਣ 'ਚ ਔਖਾ ਆਉਣਾ ਵੀ ਕਿੱਥੇ ਕੀ ਗਿਆ ਅਤੇ ਆਹ ਦੋ ਪਰਫਿਊਮ ਗਿਫਟਡ ਅਤੇ ਪਰਫਿਊਮ ਇਹਦੇ ਲਈ ਆਪਾਂ ਇਸ ਲਈ ਆਪਾਂ ਲਏ ਨਹੀਂ ਗਿਆ ਪਏ ਸੀਗੇ ਅਤੇ ਏਅਰਪੋਰਡਸ ਇਹ ਹੁਣੇ ਲਏ ਸੀਗੇ ਉਹ ਤੋਂ ਬਾਅਦ ਇਹ ਕਿੱਟ ਆ ਇੱਕ ਨਾਲ ਲੈ ਕੇ ਜਾਣ ਲਈ ਸਭ ਤੋਂ ਜ਼ਰੂਰੀ ਸਪੈਕਸ ਅਤੇ ਸਪੈਕਸ ਮੈਂ ਇੱਕ ਜਿਹੜਾ ਮੈਂ ਯੂਜ਼ ਕਰਦੀ ਹਾਂ ਉਹਦੇ 'ਚ ਮੈਂ ਗਲਾਸਿਸ ਪਾ ਲਏ ਸੀਗੇ ਇੱਕ ਮੈਂ ਨਵੀਂ ਬਣਵਾਈ ਸੀ ਦੋ ਪੇਅਰ ਲੈ ਕੇ ਚੱਲੀ ਹਾਂ ਦੈਟਸ ਇਟ ਅਤੇ ਇਹ ਤੋਂ ਬਾਅਦ ਆਪਣਾ ਆ ਗਿਆ ਟੋਵਲ ਅਤੇ ਆ ਸ਼ੋਲ ਇੱਕ ਅੱਧੀ ਮੈਂ ਨਾਲ ਲੈ ਕੇ ਚੱਲੀ ਹਾਂ ਅਤੇ ਆਪਣੀਆਂ ਲੋਅਰਸ ਅਤੇ ਸਭ ਤੋਂ ਮੇਨ ਜਿਹੜੀ ਸਭ ਤੋਂ ਵੱਧ ਮੇਰੇ ਕੋਲ ਹੈਗੀਆਂ ਨੇ ਉਹਨੇ ਟੀ ਸ਼ਰਟਸ ਕੁਛ ਘਰੇ ਪਈਆਂ ਸੀਗੀਆਂ ਹੈ ਨਾ ਥੋੜ੍ਹੀ ਬਹੁਤੀਆਂ ਮੈਂ ਲੈ ਲਈਆਂ ਕਿਉਂਕਿ ਮੇਨ ਤਾਂ ਟੀ ਸ਼ਰਟਸ ਦਾ ਕੰਮ ਆ ਪੰਦਰਾਂ ਵੀਹ ਵਾਧੂ ਨੇ
ਤੇ ਨਾਈਟ ਸੂਟਸ ਵਗੈਰਾ ਟਰੈਕ ਸੂਟ ਲਏ ਆ ਮੈਂ ਦੋ ਦੋ ਜਾਂ ਤਿੰਨ ਮੇਰੇ ਕੋਲ ਟਰੈਕ ਸੂਟਸ ਨੇ ਹਨਾ ਇੱਕ ਆ ਮੈਂ ਵਾਰਮ ਸ਼ਰਟ ਲੈ ਲਈ ਆ ਆ ਜੈਕਟ ਪਿਛਲੇ ਸਾਲ ਦੀ ਲਈ ਪਈ ਆ ਇੱਕ ਵਾਰ ਵੀ ਵੇਅਰ ਨਹੀਂ ਕੀਤੀ ਹੈਗੀ ਸੋ ਇਹ ਹੁਣ ਕੰਮ ਆ ਜੂਗੀ ਬਸ ਹੋਪ ਸੋ ਸਾਰਾ ਵੇਟ ਜਿਹੜਾ ਕਿ ਐਡਜਸਟ ਹੋ ਜਾਵੇ ਅਤੇ ਆ ਸਾਰਾ ਕੁਛ ਨਾਲ ਚੱਲਿਆ ਜਾਵੇ ਅਤੇ ਵਾਰਮਰਸ ਵਗੈਰਾ ਲੈ ਲੈਣੇ ਸਾਰੇ ਥਰਮਲ ਅਤੇ ਇਹ ਤੋਂ ਬਾਅਦ ਆ ਗਏ ਆਪਣੇ ਭਾਂਡੇ ਡੀਂਡੇ ਆ ਕੁੱਕਰ ਘਰ ਪਿਆ ਸੀ ਤਾਂ ਉਹੀ ਚੱਕ ਲਿਆ ਆਪਾਂ ਇੱਕ ਮੈਂ ਆਹ ਟਿਫਿਨ ਬੋਕਸ ਲਿਆ ਆ ਅਤੇ ਆਹ ਇੱਕ ਕੱਪ ਲਿਆ ਆ ਅਤੇ ਗਲਾਸਿਸ ਵਗੈਰਾ ਨੇ ਆਹ ਤੁਸੀਂ ਸਾਰਾ ਸਮਾਨ ਦੇਖ ਹੀ ਸਕਦੇ ਯਾਰ ਕੀ ਦੱਸਾਂ ਮੈਂ ਤਾਂ ਬੋਲਿਆ ਨਹੀਂ ਜਾ ਰਿਹਾ ਆਹ ਮਸਾਲੇ ਵਗੈਰਾ ਪਾਉਣ ਨੂੰ ਲਿਆ ਆ ਇਹਦੇ 'ਚ ਵੀ ਦਵਾਈਆਂ ਪਈਆਂ ਨੇ ਆਹ ਬਾਊਲਾ ਬਸ ਕੁਛ ਵੀ ਕੰਮ ਕਰਨ ਆਟਾ ਵਗੈਰਾ ਗੁੰਨੋ ਉਹ ਮੈਂ ਤੁਹਾਡੇ ਖੜਕਾਈ ਜਾਂਦੀ ਹੈ ਨਹੀਂ ਤੂੰ ਅਤੇ ਆਹ ਛੋਟੀ ਛੋਟੀ ਆਪਣੀ ਕੌਲੀਆਂ ਹੋ ਗਈਆਂ ਅਤੇ ਪਲੇਟਸ ਮੈਂ ਇੱਦਾਂ ਦੀਆਂ ਲਈਆਂ ਨੇ ਦੋ ਦੂਜੀਆਂ ਨਾਲੋਂ ਆਹ ਜ਼ਿਆਦਾ ਹੈਲਪਫੁਲ ਆ ਸਹੀ ਲੱਗਦੀ ਆ ਇਹਨਾਂ ਦਾ ਵੇਟ ਵੀ ਨਹੀਂ ਕੁਛ ਹੈਗਾ ਸਟੀਲ ਨਾਲੋਂ ਨਾਲੇ ਜ਼ਿਆਦਾ ਵਧੀਆ ਵੀ ਨੇ ਬ੍ਰੇਕੇਬਲ ਦੇ ਨਾਲੇ ਆਵਾਜ਼ ਨਹੀਂ ਆਊ ਜੇ ਗਿਰ ਵੀ ਸੀ ਅਤੇ ਇੱਕ ਆਹ ਚੋਪਰ ਜਿਹਾ ਲਿਆ ਆ ਕੜਛੀਆਂ ਵਗੈਰਾ ਰੱਖੀਆਂ ਨੇ ਇਹਦੇ 'ਚ ਆਪਾਂ ਇਹਦਾ ਸਮਾਨ ਅਜੇ ਕੱਢਣਾ ਆ ਸੈੱਟ ਕਰਨ ਵਾਲਾ ਆ ਇੱਕ ਆਪਾਂ ਲਈ ਆ ਬੋਟਲ ਹੋਟ ਐਂਡ ਕੋਲਡ ਵਾਟਰ ਬੋਟਲ ਅਤੇ ਇਹਦੇ ਵੀ ਦਵਾਈਆਂ ਪਈਆਂ ਨੇ ਦਵਾਈਆਂ ਬਹੁਤ ਨੇ ਮੇਰੀਆਂ ਅਤੇ ਆਹ ਚਾਹ ਬਣਾਉਣ ਨੂੰ ਲਿਆ ਆਪਾਂ ਆਹ ਛੋਟੀ ਪਲੇਟ ਇਹਦਾ ਚਾਹ ਪੋਣੀ ਚਮਚ ਅਤੇ ਮੈਂ ਦੂਜਾ ਪੈਨ ਨਹੀਂ ਲਿਆ ਕਿਉਂਕਿ ਤੜਕਾ ਇਹਦੇ 'ਚ ਲੱਗ ਜਾਣਾ ਹੈ ਨਾ ਸਬਜ਼ੀ ਵੀ ਇਹਦੇ 'ਚ ਬਣ ਜਾਣੀ ਸੋ ਦੋ ਦੋ ਮੈਂ ਕਿਹਾ ਵੇਟ ਜ਼ਿਆਦਾ ਉਹ ਹੋਊਗਾ ਅਤੇ ਇੱਕ ਆਪਾਂ ਨੋਨ ਸਟਿੱਕ ਹੀ ਜਿਹੜਾ ਵੀ ਤਵਾ ਲਿਆ ਅਤੇ ਆਹ ਮੇਰੇ ਕੁਛ ਗਰਮ ਟੋਪ ਨੇ ਦੇਖੋ ਇਹਦੇ ਜਿਹੜੇ ਮੈਂ ਹੁਣ ਪਾਥੇ ਪਾ ਰਹੀ ਸੀ ਅੱਧੇ ਤਾਂ ਉਹੀ ਨੇ ਕੁਛ ਕੁਛ ਨਵੇਂ ਲਏ ਨੇ ਦੇਖਦਾ ਕਿੰਨੇ ਕੁ ਜਾਂਦੇ ਨੇ ਨਾਲ ਕਿੰਨੇ ਕੁ ਨਹੀਂ ਆਹ ਜੈਕਟਸ ਵਗੈਰਾ ਨੇ ਇੱਕ ਮੈਂ ਲੌਂਗ ਕੋਟ ਲਿਆ ਇੱਕ ਬਸ ਆਹੀ ਚੀਜ਼ਾਂ ਲਈਆਂ ਨੇ ਮੇਨ ਤਾਂ ਨਵੀਆਂ ਤਾਂ ਦੇਖਦੇ ਹਾਂ ਜੇ ਆਪਣੇ ਆਹ ਟੈਡੀ ਚਲੇ ਗਏ ਨਾਲ ਇਹਨਾਂ ਨੂੰ ਵੀ ਲੈ ਜੂੰਗੀ ਕਹਿੰਦੀ ਜੀ ਨੇ ਮੈਨੂੰ ਟੈਡੀ ਦਿੱਤੇ ਹੋਏ ਨੇ ਇਹਨਾਂ ਨੂੰ ਵੈਕਿਊਮ ਕਰ ਲਾਂਗੇ ਹੈ ਨਾ ਉਹਦੇ 'ਚ ਕੀ ਪਤਾ ਹੋਏ ਜਾਵੇ ਸੋ ਦੋ ਇਹ ਹੋ ਗਏ ਉੱਧਰ ਆ ਜਾਓ ਹੁਣ ਉੱਧਰ ਬਹਿ ਕੇ ਦੱਸ ਦਿਓ ਇਹਦੇ 'ਚ ਵੀ ਕੁਝ ਆਪਣੇ ਵਾਰਮਰਸ ਵਗੈਰਾ ਨੇ ਵਿੱਚ ਟੋਪ ਨੇ ਨਾਈਟ ਸੂਟ ਨੇ ਇੱਦਾਂ ਦੀਆਂ ਚੀਜ਼ਾਂ ਨੇ ਇਹ ਆਹ ਵੀ ਇਹਦੇ 'ਚ ਇੱਕ ਟਰੈਕ ਸੂਟ ਆ ਅਤੇ ਆਹ ਵੀ ਕੱਪੜੀ ਅਤੇ ਮੈਂ ਜਿੰਨਾ ਆਲਮੋਸਟ ਮੈਂ ਪਰਚੇਸ ਕਰੀ ਉਹਨੇ ਬਾਕੀ ਤਿੰਨ ਮੇਰੇ ਕੋਲ ਮੈਨੂੰ ਲੱਗਦਾ ਘਰੇ ਪਈਆਂ ਮੈਂ ਉਹ ਲੈ ਲਈ ਅਤੇ ਸ਼ੂਜ਼ ਦੇ ਪੇਅਰ ਜ਼ਿਆਦਾ ਲਿੱਤੇ ਗਏ ਹੁਣ ਦੇਖਦੇ ਕਿੰਨੇ ਕੁ ਜਾਂਦੇ ਨੇ ਹੈ ਨਾ ਮੈਂ ਪਹਿਲਾਂ ਦੋ ਪੇਅਰ ਬਲੈਕ ਦੇ ਪਸੰਦ ਕੀਤੇ ਸੀਗੇ ਅਤੇ ਉਹ ਤੋਂ ਬਾਅਦ ਅਸੀਂ ਲੁਧਿਆਣੇ ਲਏ ਸੀ ਹੈ ਨਾ ਉੱਥੋਂ ਬਲੈਕ ਦੇ ਪਸੰਦ ਆ ਗਏ ਤਾਂ ਦੋ ਉੱਥੋਂ ਲੈ ਲਏ ਉਹ ਤੋਂ ਬਾਅਦ ਮਲੇ ਕੋਲ ਲੈ ਗਏ ਬਲੈਕ ਉੱਥੋਂ ਵੀ ਪਸੰਦ ਆ ਗਏ ਉਹ ਵੀ ਲੈ ਲਏ ਠੀਕ ਆ ਅਤੇ ਇੱਕ ਆਪਾਂ ਆਹ ਵਾਲੇ ਲਏ ਸੀਗੇ ਬਲੈਕ ਤੋਂ ਬਿਨਾਂ ਆਹ ਵਾਲੇ ਸ਼ੂਜ਼ ਲਏ ਅਤੇ ਬਹੁਤ ਹੀ ਜ਼ਿਆਦਾ ਕੰਫਰਟੇਬਲ ਸ਼ੂਜ਼ ਨੇ ਅਤੇ ਜਿਨ੍ਹਾਂ 'ਚੋਂ ਮੈਂ ਇੱਕ ਪਾ ਉਹ ਵੀ ਕਰ ਚੁੱਕੀ ਹਾਂ ਇੱਕ ਪੇਅਰ ਮੇਰਾ ਆਹ ਵਾਲਾ ਹੈ ਕਿਉਂਕਿ ਮੋਸਟਲੀ ਉੱਥੇ ਬਲੈਕ ਹੀ ਯੂਜ਼ ਕਰਨਾ ਕੰਮਾਂ ਕਾਰਾਂ 'ਤੇ ਨਹੀਂ ਵੈਸੇ ਸੋਹਣੇ ਵੀ ਬਲੈਕ ਹੀ ਲੱਗਦੇ ਨੇ ਇੱਕ ਆਹ ਅਤੇ ਇੱਕ ਕੱਲ੍ਹ ਮੈਂ ਵੇਅਰ ਕਰ ਚੁੱਕੀ ਹਾਂ ਅਤੇ ਜਾਂਦੀ ਹੋਈ ਉਹ ਵੀ ਪਾ ਕੇ ਚਲੀ ਜਾਊਂਗੀ ਹੈ ਨਾ ਅਤੇ ਆਹ ਮੈਂ ਲਏ ਨੇ ਸਲੀਪਰ ਇਹ ਤਾਂ ਵੈਸੇ ਵੀ ਪੈ ਜਾਣਗੇ ਹੈ ਨਾ ਅਤੇ ਜਿਹੜੀ ਬਾਥਰੂਮ ਵਾਸਤੇ ਚੱਪਲ ਲਈ ਆ ਉਹ ਆਹ ਵਾਲੀ ਆ ਅਤੇ ਆਹੀ ਸਮਾਨ ਸੀ ਬਸ ਮੇਨ ਆਪਣਾ ਅਤੇ ਹੁਣ ਇਹਨੂੰ ਐਡਜਸਟ ਕਰਾਂਗੇ ਅਤੇ ਸੂਟ ਨੇ ਬਾਕੀ ਮੇਰੇ ਵੈਸੇ ਮੈਂ ਸਟਿੱਚ ਤਾਂ 5 ਸੂਟ ਕਰਾਏ ਸੀਗੇ ਬਾਕੀ ਹੁਣ ਦੇਖਦੇ ਹਾਂ ਕਿੰਨੇ ਕੁ ਨਾਲ ਜਾਂਦੇ ਨੇ ਉਹਨਾਂ 'ਚੋਂ ਹੈ ਨਾ ਕਿੰਨੇ ਕੁ ਇੱਥੇ ਰਹਿ ਜਾਂਦੇ ਨੇ ਜਿਹੜਾ ਸਮਾਨ ਰਹਿ ਗਿਆ ਫਿਰ ਉਹ ਬਾਅਦ 'ਚ ਆਊ ਮੈਂ ਬੈਲਟ ਲਈ ਆ ਬਸ ਉਹ ਤੋਂ ਵੀ ਕੁਛ ਰਹਿ ਗਿਆ ਅਤੇ ਇੱਕ ਮੈਂ ਆਹ ਕੈਸ਼ ਲਈ ਆ ਅਤੇ ਬਸ ਆਹੀ ਸਮਾਨ ਸੀਗਾ ਦੇਖਦੇ ਹਾਂ ਆ ਮੇਰੇ ਕੋਲ ਕੁਛ ਪਈ ਸੀਗੀ ਜਵੈਲਰੀ ਆਰਟੀਫਿਸ਼ਲ ਜਵੈਲਰੀ ਹੁਣ ਦੇਖਦੇ ਹਾਂ ਜੇ ਇਹ ਨਾਲ ਜਾਂਦੀ ਆ ਤਾਂ ਲੈ ਜਾਵਾਂਗੇ ਨਹੀਂ ਇਹਨੂੰ ਇੱਥੇ ਹੀ ਛੱਡ ਦਾਂਗੇ ਅਤੇ ਹੁਣ ਇੱਕ ਚੀਜ਼ ਮੈਨੂੰ ਪ੍ਰੋਬਲਮ ਆ ਰਹੀ ਇੱਕ ਮੇਰੇ ਕੋਲ ਕਿੱਟ ਪਈ ਹੈ ਜਿਹਦੇ ਸੀਜ਼ਰ ਵਗੈਰਾ ਨੇ ਉਹ ਮੈਨੂੰ ਪੱਕਾ ਨਹੀਂ ਹੁਣ ਪਤਾ ਉਹ ਨਾਲ ਚਲੀ ਜਾਊਗੀ ਹੈ ਨਾ ਸੀਜ਼ਰ ਵਗੈਰਾ ਕਿ ਨਹੀਂ ਬਾਕੀ ਦੇਖਿਆ ਜੇ ਗਈ ਤਾਂ ਵੀ ਠੀਕ ਆ ਨਹੀਂ ਕੀਤਾ ਵੀ ਠੀਕ ਆ ਬਸ ਹੁਣ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜਿਹੜੀ ਕਿੱਟਸ
ਆਪਾਂ ਰੈਡੀ ਕੀਤੇ ਉਹਨਾਂ 'ਚ ਕੀ ਆ ਸਭ ਤੋਂ ਪਹਿਲਾਂ ਆਪਣਾ ਜਿਹੜਾ ਹੈਗਾ ਮਿਰਰ ਮੇਰੇ ਕੋਲ ਕਿਊਟ ਜਿਹਾ ਪਿਆ ਸੀਗਾ ਇੱਕ ਸੋ ਇੱਕ ਆ ਮਿਰਰ ਮੈਂ ਕਿਹਾ ਬਾਈ ਚਾਂਸ ਉੱਥੇ ਲੋੜ ਪੈ ਜਾਂਦੀ ਹੈ ਮਿਰਰ ਦੀ ਸਭ ਤੋਂ ਪਹਿਲਾਂ ਲੋੜ ਪੈਂਦੀ ਆ ਆਪਾਂ ਨੂੰ ਕਿਉਂਕਿ ਅਜੇ ਆਪਾਂ ਨੂੰ ਅਕੋਮੋਡੇਸ਼ਨ ਦਾ ਕੁਛ ਨਹੀਂ ਪਤਾ ਨਾ ਕਿੱਦਾਂ ਦੀ ਹੋਵੇ ਉੱਥੇ ਕੁਛ ਹੋਵੇ ਨਾ ਹੋਵੇ ਸੋ ਆਪਾਂ ਲੈ ਕੇ ਚੱਲੇ ਆਪਣਾ ਇੱਕ ਕੋਮ ਹੋ ਗਿਆ ਦੋ ਮੈਂ ਲੈ ਕੇ ਚੱਲੀ ਹਾਂ ਬ੍ਰਸ਼ਿਸ ਅਤੇ ਫੇਸ਼ੀਅਲ ਵਾਈਪਸ ਫੇਸ ਵਾਸ਼ ਸੀਰਮ ਨੇਲ ਪੇਂਟ ਰਿਮੂਵਰ ਪਤਾ ਨਹੀਂ ਨੇਲ ਪੇਂਟ ਲੱਗਣੀ ਆ ਕਿ ਨਹੀਂ ਲੱਗਣੀ ਪਰ ਕਦੇ ਨਾ ਕਦੇ ਤਾਂ ਕੰਮ ਆ ਹੀ ਜਾਊਗਾ ਸੋ ਆਹ ਵੀ ਆਪਾਂ ਲੈ ਲਿਆ ਅਤੇ ਸ਼ੈਂਪੂ ਕੰਡੀਸ਼ਨਰ ਲੈ ਲਿਆ ਕੀ ਕਹਿੰਦੇ ਇਹਨੂੰ ਕੋਲਗੇਟ ਲੈ ਲਿਆ ਆਹ ਇੱਕ ਲਿਆ ਬੋਡੀ ਵਾਸ਼ ਅਤੇ ਆਹ ਬੋਡੀ ਲੋਸ਼ਨ ਅਤੇ ਇੱਕ ਆਹ ਵਾਲੀ ਕਿੱਟ ਉਹ ਸੀਗੀ ਦੇਖਦੇ ਹਾਂ ਵੈਸੇ ਤਾਂ ਵਧੀਆ ਜੇ ਨਾਲ ਚੱਲੀ ਜਾਵੇ ਹੈ ਨਾ ਬਹੁਤ ਯੂਜ਼ਫੁੱਲ ਰਹੂਗੀ ਮੇਰੇ ਲਈ ਇਹ ਜੇ ਨਾ ਗਈ ਕੋਈ ਗੱਲ ਨਹੀਂ ਹੁਣ ਇਹਨੂੰ ਸੈੱਟ ਕਰਤੀ ਹੈ ਦੁਬਾਰੇ ਤੋਂ ਅਤੇ ਮੇਕਅਪ ਪ੍ਰੋਡਕਟਸ ਜਿਹੜੇ ਮੇਰੇ ਕੋਲ ਹੈਗੇ ਸੀ ਬਸ ਪਏ ਵੀ ਸੀਗੇ ਮੈਂ ਕੁਛ ਨਵੇਂ ਵੀ ਔਡਰ ਕਰ ਹੀ ਦਿੱਤੇ ਮੈਂ ਕਿਹਾ ਕਰ ਦਈਏ ਅਤੇ ਮੇਕਅਪ 'ਚ ਮੈਂ ਇੱਕ ਆਹ ਲੂਜ਼ ਪਾਊਡਰ ਕੀਤਾ ਪਰਚੇਸ ਅਤੇ ਆਹ ਕੁਛ ਬਿਊਟੀ ਬਲੈਂਡਰਸ ਨੇ ਚਾਰ ਪੈ ਚਾਰ ਦਾ ਪੈਕ ਸੀਗਾ ਇਹ ਹੈਗਾ ਮੋਇਸਚਰਾਈਜ਼ਰ ਫੇਸ ਲਈ ਅਤੇ ਆਈ ਲੈਸ਼ ਕਰਲਰ ਅਤੇ ਇਹ ਤੋਂ ਬਾਅਦ ਮੈਂ ਕੀਤਾ ਆਹ ਮਸਕਾਰਾ ਅਤੇ ਜ਼ਿਆਦਾਤਰ ਸਮਾਨ ਜਿਹੜਾ ਮੈਂ ਹੈਗਾ ਆਪਣਾ ਔਨਲਾਈਨ ਹੀ ਪਰਚੇਸ ਕੀਤਾ ਇਸ ਵਾਰ ਕਿਉਂਕਿ ਮੈਨੂੰ ਲੱਗਦਾ ਨਹੀਂ ਸੀ ਬਾਹਰੋਂ ਮੈਨੂੰ ਇੱਦਾਂ ਮਤਲਬ ਜਿਹੜਾ ਸਮਾਨ ਮੈਂ ਚਾਹੁੰਦੀ ਸੀ ਉਹ ਮੈਨੂੰ ਮਿਲੂਗਾ ਸੋ ਮੈਂ ਔਨਲਾਈਨ ਔਡਰ ਕਰਤਾ ਸੀ ਮੈਨੂੰ ਥੋੜ੍ਹਾ ਜਿਹਾ ਸ਼ੇਡ ਦੀ ਪ੍ਰੋਬਲਮ ਸੀਗੀ ਮੈਂ ਕਿਹਾ ਪਤਾ ਨਹੀਂ ਕਿੱਦਾਂ ਦਾ ਉਹ ਬਟ ਸਹੀ ਆ ਗਿਆ ਅਤੇ ਇੱਕ ਆ ਮੈਂ ਫੇਸਿਸ ਕੈਨੇਡਾ ਦੀ ਫਾਊਂਡੇਸ਼ਨ ਛੋਟਾ ਪੈਕ ਮੰਗਵਾਇਆ ਸੀ ਮੈਂ ਕਿਹਾ ਯੂਜ਼ ਕਰਕੇ ਦੇਖਦੀ ਹਾਂ ਪਹਿਲਾਂ ਪਰ ਇਹਦੇ ਰਿਜ਼ਲਟ ਬਹੁਤ ਵਧੀਆ ਨੇ ਮੈਂ ਇੱਕ ਵਾਰ ਯੂਜ਼ ਕਰਕੇ ਵੀ ਦੇਖ ਚੁੱਕੀ ਹਾਂ ਮੈਂ ਕਿਹਾ ਚਲੋ ਜੇ ਆਪਣਾ ਸ਼ੇਡ ਵਗੈਰਾ ਸਹੀ ਨਹੀਂ ਹੋਇਆ ਤਾਂ ਆਪਾਂ ਰਿਟਰਨ ਪਾ ਦਾਂਗੇ ਬਟ ਸਹੀ ਹੋ ਗਿਆ ਸੀਗਾ ਅਤੇ ਉਹ ਤੋਂ ਬਾਅਦ ਆ ਮੈਂ ਕੁਛ ਮਿਓਨ ਦੀ ਲਿਪਸਟਿਕਸ ਇਹ ਤਾਂ ਮੈਂ ਹੁਣੇ ਹੁਣੇ ਲੈ ਕੇ ਹੀ ਆਈ ਹਾਂ ਜਸਟ ਇਹ ਸਟਿਚ ਕੀਤੀ ਸੀ ਦੋ ਦੋ ਇਹਦੀ ਅਤੇ ਇੱਕ ਆਹ ਕਾਜਲ ਆਹ ਆਈਬ੍ਰੋ ਪੈਨਸਿਲ ਅਤੇ ਆਹ ਸਨਸਕ੍ਰੀਨ ਜਿਹੜੀ ਕਿ ਸਭ ਤੋਂ ਵੱਧ ਕੰਮ ਆਊਗੀ ਮੇਰੇ ਕਿਉਂਕਿ ਹੁਣ ਮੈਂ ਹੁਣੇ ਹੁਣੇ ਮਤਲਬ ਜਿਹੜੀ ਕਿ ਆ ਸਨਸਕ੍ਰੀਨ ਯੂਜ਼ ਕਰਨੀ ਸ਼ੁਰੂ ਕੀਤੀ ਆ ਹੁਣੇ ਹੁਣੇ ਮਤਲਬ ਚਾਰ ਪੰਜ ਮਹੀਨਿਆਂ ਤੋਂ ਅਤੇ ਇਹ ਮੇਰੀ ਬੈਸਟ ਸਨਸਕ੍ਰੀਨ ਆ ਇਹ ਮੈਂ ਨਾਲੇ ਲੈ ਕੇ ਚੱਲੀ ਹਾਂ ਸੋ ਇੱਕ ਮੈਂ ਲਿਆ ਆਹ ਜੋਬਸ ਦਾ ਟੋਨਰ ਅਤੇ ਫੋਰਐਵਰ 52 ਦਾ ਇਹ ਕੰਸੀਲਰ ਅਤੇ ਐਨ ਵਾਈ ਬੀ ਦਾ ਪ੍ਰਾਈਮਰ ਇੱਕ ਆ ਲਿਪ ਬਾਮ ਆ ਅਤੇ ਤੁਸੀਂ ਮੇਰੀ ਪਹਿਲਾਂ ਵੀਡੀਓਸ ਵੀ ਦੇਖਿਆ ਹੋਊਗਾ ਸਭ ਤੋਂ ਵੱਧ ਜਿਹੜਾ ਮੈਂ ਯੂਜ਼ ਕਰਦੀ ਹਾਂ ਆਹ ਸਵਿਸ ਬਿਊਟੀ ਦੀ ਮੋਜ਼ ਫਾਊਂਡੇਸ਼ਨ ਸੋ ਇਹ ਵੀ ਜ਼ਰੂਰੀ ਸੀਗੀ ਕਿਉਂਕਿ ਰੋਜ਼ ਰੋਜ਼ ਜਿਹੜੀ ਕਿ ਇੰਨੀ ਹੈਵੀ ਫਾਊਂਡੇਸ਼ਨ ਜਿਹੜੀ ਨਹੀਂ ਲੱਗਦੀ ਸੋ ਇਹ ਐਜ਼ ਅ ਬੀ ਬੀ ਕਰੀਮ ਹੀ ਆਪਣਾ ਕੰਮ ਕਰਦੀ ਆ ਸੋ ਮੈਂ ਆਹੀ ਡੇਲੀ ਵੇਅਰ 'ਚ ਯੂਜ਼ ਕਰਦੀ ਜੇ ਘਰ ਹੋਵਾਂ ਫਿਰ ਤਾਂ ਮੈਂ ਕੁਛ ਨਹੀਂ ਯੂਜ਼ ਕਰਦੀ ਅਤੇ ਇੱਕ ਆਹ ਸੀਗਾ ਸੈਟਿੰਗ ਸਪਰੇਅ ਛੋਟਾ ਜਿਹਾ ਐਨ ਵਾਈ ਬੀ ਦਾ ਸਿੰਧੂਰ ਅਤੇ ਆਹ ਆਈਲੈਂਡ